ਸਟਾਰਟ ਕਰ ਦਿੰਦੀ ਆ। ਹਾਂਜੀ, ਕੀ ਹਾਲ ਚਾਲ ਪ੍ਰਧਾਨ ਸਾਰਿਆਂ ਦਾ? ਲਓ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਅਤੇ ਗੱਡੀ ਸਟਾਰਟ ਆਪਣੀ, ਅਤੇ ਅੱਜ ਟਾਈਮ ਸਿਰਫ ਹਜੇ 9:30 ਹੀ ਹੋਏ ਆ। ਮੈਂ ਸਵੇਰੇ ਸਵੇਰੇ ਨਿਕਲਣ ਲੱਗਾ ਪਹਿਲਾਂ ਜਿੰਮ ਜਾਣ, ਕਿਉਂਕਿ ਮੈਂ ਕੱਲ੍ਹ ਦੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਆ। ਕਾਫੀ ਜਣੇ ਪੁੱਛਦੇ ਕੰਮ 'ਤੇ ਜਾਂਦਾ ਕਿੱਦਾਂ ਕੀ ਕੁਛ ਆ, ਸੋ ਕੱਲ੍ਹ ਤੋਂ ਕੰਮ ਸ਼ੁਰੂ ਕਰ ਦਿੱਤਾ ਮੈਂ ਆਪਣਾ। ਸੋ ਕੰਮ ਆਪਾਂ ਆਪਣੇ ਹਿਸਾਬ ਨਾਲ ਕਰੀਏ, ਤੁਹਾਨੂੰ ਪਤਾ ਹੀ ਆ ਜਿੱਦਾਂ ਕਿ ਗੱਡੀ ਦੇ ਵਿੱਚ, ਠੀਕ ਆ। ਸੋ ਕੱਲ੍ਹ ਇੱਕ ਦਿਨ ਲਾ ਜਾਂਦਾ ਸੀ, ਅੱਜ ਦੂਜੀ ਸ਼ਿਫਟ ਆ ਮੇਰੀ, ਉੱਧਰ ਫਿਰ ਜਾਣਾ ਕੰਮ 'ਤੇ। ਸੋ ਤਾਂ ਕਰਕੇ ਮੈਂ ਸੋਚਿਆ ਕਿ ਅੱਜ 9:30 ਜਿੰਮ 'ਤੇ ਜਾਇਆ ਵਾਂ, ਫਿਰ ਆ ਕੇ ਮੈਂ 12-1 ਵਜੇ ਕੰਮ ਸ਼ੁਰੂ ਕਰੂੰਗਾ, ਫਿਰ ਸ਼ਾਮ ਦੇ ਉਹੀ 8 ਵਜੇ ਤੱਕ ਮੈਂ ਕੰਮ ਕਰਦਾ ਹੁੰਦਾ। ਕਈ ਵਾਰੀ ਜੇ ਹੁਣ ਵਧੀਆ ਕੰਮ ਚੱਲੂਗਾ ਜਾਂ ਵੀਕਐਂਡ ਵੂਕਐਂਡ 'ਤੇ, ਤਾਂ ਫਿਰ 10-11-12 ਵਜੇ ਤੱਕ ਵੀ ਰਾਤ ਦੇ ਕਰ ਲਿਆ ਕਰਾਂਗੇ। ਅਤੇ ਆਹ ਦੇਖੋ ਗੱਡੀ 'ਤੇ ਲਿਆ ਜਿਹੜੀਆਂ ਲਾਈਸੈਂਸ ਸ਼ੀਲਡਾਂ ਜਿਹੀਆਂ, ਇਹ ਬਾਹਲੀਆਂ ਵਧੀਆ ਯਾਰ। ਮਤਲਬ ਗੱਡੀ ਆਲਮੋਸਟ ਨਾ ਅੰਦਰੋਂ ਠੰਡੀ ਰਹਿੰਦੀ ਆ, ਇੰਨੀ ਗਰਮੀ ਧੁੱਪ ਵੀ ਲਾਈ ਹੋਵੇ। ਬਾਕੀ ਸ਼ੀਸ਼ੇ ਤਾਂ ਤੁਹਾਨੂੰ ਦੱਸਿਆ ਕਾਲੇ ਹੀ ਆ ਸਾਰੇ। ਆਹ ਦੇਖੋ ਪੂਰੇ ਕਾਲੇ ਕਰਾਏ ਹੋਏ ਦੇ ਸ਼ੀਸ਼ੇ, ਜੈੱਡ ਬਲੈਕ ਆਹ ਚੀਜ਼ ਆ। ਬਾਕੀ ਹਜੇ ਹੋਰ ਕਾਲਾ ਹੋਣਾ ਪਿੱਛੇ ਵਾਲਾ ਦਿਨ। ਬਸ ਅੱਜ ਵੀਰਵਾਰ ਹੋ ਗਿਆ, ਦਿਨ 2 ਹੀ ਰਹਿ ਗਏ ਆ, ਅਤੇ ਸੈਚਲੇ ਆਪਣੇ ਗੱਡੀ ਦੇ ਸਟੀਕਰ ਵੀ ਲੱਗ ਜਾਂਦੇ ਆ, ਫਿਰ ਮਤਲਬ ਅਸਲੀ ਗੱਲਬਾਤ ਬਣ ਜਾਂਦੀ ਇਹਨੂੰ, ਫਿਰ ਧੋਣੇ ਵਾਲਾ ਫੇਰ ਹੋ ਗਈ ਆ, 2-3 ਦਿਨਾਂ 'ਚ ਗੱਡੀ ਧੋਣ ਵਾਲੀ ਹੋ ਜਾਂਦੀ ਆ ਰਾਣੀ। ਅਤੇ ਆਹ ਖੜ੍ਹੇ ਯਾਰ ਆਏ ਤਾਂ ਜਿੰਮ ਸੀਗੇ, ਪਰ ਫਿਰ ਕੰਮ ਥੋੜ੍ਹਾ ਬਿਜ਼ੀ ਸੀਗਾ ਆਪਾਂ, ਤੁਹਾਨੂੰ ਪਤਾ, ਫਿਰ ਤੁਹਾਨੂੰ ਸਿੱਧਾ ਸਿੱਧਾ ਦੱਸੀਏ ਡੋਰ ਡੈਸ਼ ਵੀ ਕਰ ਲਈ ਦੀ, ਇੱਦਾਂ ਦਾ ਕੰਮ ਕਰ ਲਈ ਦਾ ਨਾਲ। ਅਤੇ ਆਹ ਮੇਰਾ ਹੁਣ 2 ਆਰਡਰ ਕੰਪਲੀਟ ਹੋ ਗਏ ਆ, 3 ਆਰਡਰ ਸਟਾਰਟ ਹੋਣ ਲੱਗਾ। 3 ਆਰਡਰ ਹੈਗਾ ਟਿਮ ਹੋਟਲ ਤੋਂ ਚੱਕਣਾ ਮੈਂ, ਆਹ ਦੇਖ ਆਹ ਵੀ ਲੈਣੀ ਹਜੇ ਆਪਾਂ, ਸਾਰਾ ਕੁਝ ਲੈਣਾ ਆ। ਕੰਮ ਕਹੀ ਆ ਅਤੇ ਕੰਮ ਇੱਦਾਂ ਆ ਕਿ ਮੌਕੇ ਦੀ ਗੱਲ ਇਹ ਆ ਵੀ ਪਤਾ ਨਹੀਂ ਕੀ ਬਣਨਾ ਹੈ ਨਾ ਚੀਜ਼ ਆ। ਅਤੇ ਮੰਨ ਲਓ ਕੰਮ ਕਰੀ ਜਾਂਦੇ ਹਾਂ, ਡੋਲਰ ਕਮਾਈ ਜਾਂਦੇ ਕਨੇਡਾ 'ਚ, ਆਹ ਚੀਜ਼ ਆ। ਜ਼ਿਆਦਾ ਨਹੀਂ ਆਪਣੇ ਯੋਗੇ ਕਮਾਈ ਜਾਂਦੇ, ਖਰਚਾ ਪਾਣੀ ਕੱਢੀ ਜਾਂਦੇ ਹਾਂ। ਗੱਡੀ ਦਾ ਖਰਚਾ ਹੋ ਗਿਆ, ਬਾਕੀ ਸਾਰਾ ਖਰਚਾ ਪਾਣੀ ਉਹ ਚੱਲੀ ਜਾਊਗਾ ਮੇਰਾ ਅੱਜ ਦੂਜਾ ਦਿਨ ਆ ਕੰਮ 'ਤੇ। ਪਹਿਲਾ ਦਿਨ ਵੀ ਕੱਲ੍ਹ ਮੇਰਾ ਵਧੀਆ ਰਿਹਾ ਸੀ, ਬਟ ਕੱਲ੍ਹ ਮੈਂ ਕੀਤਾ 4-5 ਘੰਟੇ ਸੀਗਾ, ਅਤੇ ਫਿਰ ਮੈਂ ਬਿਜ਼ੀ ਹੋ ਗਿਆ। ਅੱਜ ਵੀ ਮੈਨੂੰ ਜਿੰਮ ਵੀ ਜਾਣਾ ਅਤੇ ਸ਼ਾਮ ਨੂੰ ਮੈਂ ਜਾਣਾ ਇੱਕ ਥਾਂ, ਮੈਨੂੰ ਕੰਮ ਉੱਧਰ ਆ, ਫਿਰ ਮੈਂ ਸ਼ਾਮ ਨੂੰ ਵੀ ਸ਼ਾਇਦ ਕਰੂੰਗਾ ਇੱਦਾਂ। ਸੋ ਬਾਕੀ ਕੰਮ ਇੱਥੇ ਠੀਕ ਆ, ਮਤਲਬ ਜੇ ਕਿਸੇ ਨੇ ਆਪਣਾ ਵੀ ਕਰਨਾ ਆ ਸੋ ਆਪਣੀ ਆਈ ਡੀ ਬਣਾਓ, ਡੋਰ ਡੈਸ਼ 'ਤੇ ਤੁਸੀਂ ਕੰਮ ਕਰ ਸਕਦੇ ਆ, ਠੀਕ ਆ। ਟੂ ਡੈਸ਼ ਸਕਿੱਪ ਇੱਦਾਂ ਚੀਜ਼ਾਂ ਹੈਗੀਆਂ ਇੱਥੇ, ਆਪਣੀ ਗੱਡੀ ਲਓ, ਤੇਲ ਪਾਓ ਅਤੇ ਗੱਡੀ ਦਾ ਕੰਮ ਆਪਣਾ ਤੁਸੀਂ ਕਰੀ ਜਾਓ, ਡਿਲੀਵਰੀਆਂ ਦਾ ਵਧੀਆ ਰਹਿੰਦਾ ਆ। ਚਲੋ ਟਿਮ ਹੋਟਲ 'ਤੇ ਇੱਦਾਂ ਆ, ਫਿਰ ਜਦੋਂ ਟਿਮ ਹੋਟਲਾਂ 'ਤੇ ਵੀ ਜਾਈਦਾ, ਸਾਰੀ ਜਗ੍ਹਾ ਹੀ ਕੰਮ ਕਰੀਦਾ, ਅਤੇ ਆਪ ਵੀ ਖਾ ਪੀ ਕੇ ਲੱਗੀਦਾ ਇੱਥੇ, ਨਾਲ ਨਾਲ ਭੁੱਖ ਲੱਗੇਦਾ। ਬੈਗ ਤੁਸੀਂ ਨਾਲ ਰੱਖਣਾ ਆ, ਆ ਨਾਲੇ ਹੀ ਇੱਥੇ ਮੈਂ ਟਿਮ ਹੋਟਲ ਆਇਆ ਸੀ, ਨਾਲੇ ਮੈਨੂੰ ਇੱਧਰ ਗੇੜਾ ਪੈ ਗਿਆ, ਇੱਧਰ ਵੀ ਆ ਗਿਆ ਮੈਰੀ ਬਰਾਊਨ ਚਿਕਨ 'ਤੇ, ਆਹ ਚੀਜ਼ ਆ, ਆਹ ਗੇਮ ਪਾਈ ਆ, ਬਣਾਏ ਨਹੀਂ ਹੋਣੇ ਮੈਨੂੰ ਲੱਗਦਾ, ਐਂ ਘੁੰਮ ਘੁੰਮ ਕੇ ਜਿੰਨੇ ਦਾ ਤੇਲ ਪੈ ਜਾਣਾ ਇਹਦੇ ਵਿੱਚ। ਹੁਣ ਸੂਟਾ ਹੀ ਭਰਦੀ, ਸੂਟਾ ਹੀ ਨੁਕਰੀ, ਮਾੜਾ ਕਰ ਕੋਈ ਯਾਰ ਰਹਿਮ ਸਾਡੇ 'ਤੇ ਵੀ। ਚਲੋ ਤੇਲ ਪਵਾ ਕੇ ਫਿਰ ਨਿਕਲਦਾ। ਲੈ ਵੀ ਮਿੱਤਰਾ, ਗੱਡੀ ਆ ਗਈ ਪ੍ਰਿੰਸ ਆਟੋ, ਇੱਥੋਂ ਅਸੀਂ ਲੈ ਕੇ ਜਾਣੀਆਂ ਇਹਦੀਆਂ ਫੋਕਲੈਟਾਂ ਦੀਆਂ ਪੀਲੀਆਂ, ਅਗਲੇ ਫੋਕਲੈਟਾਂ ਉਹ ਚਿੱਟੀਆਂ ਪਾਉਣੀਆਂ ਆ, ਅਤੇ ਅੱਜ ਇਹਦੀ ਮੋਡੀਫਿਕੇਸ਼ਨ ਵੀ ਥੋੜ੍ਹੀ ਜਿਹੀ ਕਰਾਉਣੀ, ਸਟੀਕਰ ਸਟੂਕਰ ਲਵਾਈਏ ਇੱਥੇ, ਤਾਂ ਦਿਖਾਉਣੀ ਆ ਮੁੜ ਕੇ ਕੀ ਕੱਢਦੀ ਆ ਜਲਵਾ। ਸਹੀ ਆ, ਹੁਣ ਪ੍ਰਿੰਸ ਆਟੋ ਆਏ ਹਾਂ, ਮੈਨੂੰ ਬਿੱਲਾ ਸੀ ਹੁਣ ਕਹਿੰਦਾ ਆ ਜਾ ਇੱਧਰ ਨੂੰ, ਅਤੇ ਫਿਰ ਮੈਂ ਕਿਹਾ ਚੱਲ ਪਹਿਲਾਂ ਕੰਮ ਕਰੇ ਆਈਏ। ਛੋਟੇ ਝੋਬਰ ਕਹਿੰਦੇ ਕਰ ਰਹੀ ਸ਼ੋਪਿੰਗ, ਦੇਖੋ ਕਿੰਨਾ ਸਮਾਨ ਇਹਦੇ ਵਿੱਚ ਲੈ ਲਿਆ, ਹੁਣ ਦਿਖਾਉਣਾ ਬਾਅਦ 'ਚ ਆ ਕੇ ਕੀ ਹਿਸਾਬ ਆ। ਫਟੇ ਅਸੀਂ ਹਜੇ ਵੀ ਨਹੀਂ, ਹਜੇ ਅਸੀਂ ਪੋਲਸ਼ਾਂ ਸ਼ਾਲਸ਼ਾਂ ਲੱਭਦੇ ਫਿਰਦੇ ਹਾਂ, ਹਟਣਾ ਨਹੀਂ, ਮਤਲਬ ਸਾਰਾ ਕੁਝ ਰੱਖ ਲੈਣਾ ਗੱਡੀ 'ਚ ਲੈ ਕੇ, ਗੱਡੀ ਦਾ ਕਿਚਨ ਰੂਮ ਬਣਾ ਦੇਣਾ ਆਪਾਂ, ਆਹ ਚੀਜ਼ ਆ। ਚਲੋ ਆਹ ਪਾ ਲਏ ਅਸੀਂ, ਆਹ ਸੀਗੇ ਸਾਡੀ ਚੱਲੀ ਜੀ ਨਹੀਂ, ਹੁਣ ਦੇਖਦੇ ਹਾਂ ਕੀ ਬਣਦਾ, ਇਹ ਮੋੜ ਕੇ ਨਹੀਂ ਪੈਣੀ ਆ, ਥੱਕਾ ਹੋਰ ਲਿਆਉਣੀਆਂ ਸੀ, ਇਹ ਸਹੀ ਆ। ਗੱਡੀ ਦਾ ਧੁੱਪ ਬਾਹਲੀ ਗੰਦੀ ਆ ਯਾਰ, 5 ਮਿੰਟ ਹੀ ਬਾਹਰ ਨਹੀਂ ਕੱਢ ਹੁੰਦਾ, ਇੱਕ ਸਾਈਡ ਲਾਈਟ ਪੈ ਗਈ, ਇੱਕ ਸਾਈਡ ਨਹੀਂ, ਹਜੇ ਵੀ ਇੱਧਰਲੀ ਸਾਈਡ ਪਤਾ ਨਹੀਂ ਕੋਈ ਮੀਟਰ ਆ ਇਹਦੇ, ਉਹ ਚੱਕਰ ਪੈਂਦਾ, ਹੁਣ ਦੇਖਦੇ ਹਾਂ ਜਾ ਕੇ ਕਰਦੇ ਹਾਂ ਕੁਛ, ਆਹ ਚੀਜ਼ ਆ। ਰੂਹ ਦਾ ਵੀ ਲਿਆਂਦਾ, ਰੂਹ ਦਾ ਥੜਾ ਕੰਮ ਵੀ ਹੋ ਗਿਆ, ਹੁਣ ਇਹ ਕਨੈਕਟ ਕਰਕੇ ਦੇਖ ਕੇ ਹਟੇ ਚਲਾ ਕੇ, ਆਹ ਸੋਹਣਾ ਕੰਮ ਹੋ ਰਿਹਾ।
ਛਾਂ ਛਾਂ ਹੋ ਗਈ ਜੇ। ਚਲੋ ਹੁਣ ਅਸੀਂ ਆਏ ਹਾਂ ਸਟੀਕਰ ਦਾ ਚੈੱਕ ਕਰ ਲਓ, ਸਟੀਕਰ ਲਵਾਈਏ ਇੱਥੇ। ਹਾਂਜੀ ਲਓ ਜੀ, ਇੱਧਰ ਆਏ ਸੀਗੇ ਭਾਅ ਜੀ ਹੁਣਾਂ ਕੋਲ ਇੰਸਟਾ ਪ੍ਰਿੰਟ ਵਾਲੇ ਆ ਕੋਈ, ਅਤੇ ਦੋਨੇ ਗੱਡੀਆਂ ਦਾ ਸੇਮ ਕੰਮ ਹੋਣ ਲੱਗਾ ਹੁਣ। ਮੇਰੇ ਵਾਲੇ ਦੇ ਬਾਅਦ ਸਨਰੂਫ ਆ, ਸਨਰੂਫ ਦੇ ਉੱਪਰ ਲਾਉਣਾ ਅਲੱਗ ਚੀਜ਼ ਆ। ਇਹ ਕੀ ਆ? ਵਾਹ ਇਹ ਵੀ ਲਿਆਂਦਾ, ਬਸ ਠੀਕ ਆ। ਆਹ ਦੇ ਓਕੇ ਰਿਪੋਰਟ ਕਰ ਦੇਣੀ ਹੈ। ਹਜੇ ਇੱਕ ਹੋਰ ਮੰਗਵਾਇਆ ਹੈ ਪਰਲੇ ਪਾਸੇ ਦਾ, ਉਦੇ ਮੰਗਾ ਲਿਆ। ਮਾਮਾ ਸੇਮ ਤਾਂ ਹੈ, ਉਹ ਧੋਣੇ ਵਾਲਾ ਤਾਂ ਤੈਨੂੰ ਲੱਗਦਾ, ਉਹ ਧੋਣੇ ਵਾਲਾ ਤਾਂ ਤੈਨੂੰ ਲੱਗਦਾ, ਤੁਹਾਨੂੰ ਨਵਾਂ ਮੰਗਾ ਲਿਆ ਐਵੇਂ। ਚੱਲ ਕੋਈ ਨਹੀਂ ਲਓ ਜੀ। ਅਤੇ ਦੋਨਾਂ ਦੇ ਪਿੱਛੇ ਫੋਟੋਆਂ ਲੱਗਣੀਆਂ, ਫੁੱਲ ਵਿੰਡੋ ਤੁਹਾਨੂੰ ਦਿਖਾਵਾਂਗੇ ਲਵਾ ਕੇ ਐਨ ਕਿੱਦਾਂ ਲੱਗਦੀਆਂ, ਕੀ ਹਿਸਾਬ ਕਿਤਾਬ ਆ। ਅਤੇ ਉਹਦਾ ਸਨਰੂਫ ਹੈ, ਸਨਰੂਫ ਹੈ ਨੀਗਾ, ਸਹੀ ਗੱਲ ਹੈ। ਉਹਦੇ ਸਨਰੂਫ ਦੇ ਉੱਪਰ ਲਾਉਣਾ ਆਪਾਂ ਕੋਈ ਨਾ ਕੁਛ। ਕਿਤੇ ਕਹਿੰਦੇ ਸੈਚਰਡੇ, ਸੈਚਰਡੇ ਲੱਗੂਗਾ, ਅੱਜ ਦਿਨ ਕੀ ਆ, ਅੱਜ ਵੈਡਨਸਡੇ ਆ, ਅਤੇ ਉਹ ਪ੍ਰਿੰਟ ਹੋਣ ਨੂੰ ਇੱਥੇ ਟਾਈਮ ਲੱਗਦਾ ਥੋੜ੍ਹਾ ਜਿਹਾ। ਸੋ ਸੈਚਰਡੇ ਆਪਣੀ ਐਨ ਨੁੱਕਰੀ ਹੋ ਜਾਣੀ ਓਕੇ ਰਿਪੋਰਟ। ਚਲੋ ਭਾਅ ਨੁੱਕਰੀ ਇਹਦੇ ਪਿੱਛੇ ਲਿਖਾਉਣਾ, ਉਹ ਭਾਈ ਉੱਧਰ ਨੂੰ ਲਿਖਾ ਲਾਂਗੇ ਆਪਾਂ, ਪਿੱਛੋਂ ਦੇਖਣਾ ਮੈਨੂੰ ਕਿੱਥੋਂ ਨਹੀਂ ਪਤਾ ਲੱਗਣਾ। ਬਾ ਠੀਕ ਆ, ਮੜ ਜੇ ਇੰਨੇ ਵਾਲੇ ਨੰਨਾ ਉੱਪਰ ਨੂੰ ਕਰ, ਮੜ ਤਾਂ ਲਾ ਦੇ ਹੁਣ, ਲਾ ਦੇ ਸਹੀ ਆ, ਕੋਈ ਨਹੀਂ। ਲੈ ਵੀ ਮਿੱਤਰਾ ਅੱਜ ਨਾਮਕਰਨ ਹੋ ਗਿਆ ਗੱਡੀ ਦਾ, ਇੱਦਾਂ ਆ। ਅਮਨ ਵਿਚਾਰਾ ਚੰਗਾ ਭਲਾ ਕੰਮ ਕਰਦਾ, ਇਹਨੂੰ ਵੀ ਆਪਣੇ ਨਾਲ ਮੈਂ ਲਾ ਲਿਆ ਕੰਮਾਂ 'ਤੇ। ਆਹ ਲੈ ਆਹ ਚੀਜ਼, ਆਹ ਬਣੀ ਨਾ ਗੱਲ ਹੋਰ ਬਾਈ ਜੀ। ਲੈ ਤਾਂ ਇਹਦਾ ਨਾਮਕਰਨ ਆਪਾਂ ਕਰ ਦਿੱਤਾ ਅੱਜ, ਕਈ ਦਿਨਾਂ ਦਾ ਮੈਂ ਸੋਚਦਾ ਸੀ ਮੈਂ ਨਾਂ ਲਿਖਾ ਦਈਏ, ਬਾਕੀ ਚੱਲ ਜਿਹੜਾ ਕੰਮ ਆ ਉਹ ਤਾਂ ਹੋ ਹੀ ਜਾਣਾ। ਇੱਧਰ ਵੀ ਨੁੱਕਰੀ ਅਤੇ ਇੱਧਰ ਵੀ ਨੁੱਕਰੀ ਹੋਊਗੀ, ਦੇਖੀ ਜਾਈ। ਇਹ ਉੱਪਰ ਇੱਥੇ 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 ਤੂੰ ਸੇਮ ਉਸ ਜਗ੍ਹਾ 'ਤੇ ਲਾਉਣਾ ਜਿੱਦਾਂ ਉੱਤੇ ਲਾਇਆ, ਜੱਚਦੀ ਆ ਦੇਖੋ ਨਾਲੇ ਦੱਸਿਓ। ਅਤੇ ਇੱਧਰ ਦੇਖੀ ਆਉਣਾ ਅਮਨ ਵਾਲੀ ਗੱਡੀ 'ਤੇ ਵੀ ਲਾ ਦਈਏ, ਅਮਨ ਥੋੜ੍ਹਾ ਪਿੱਛੇ ਰਹਿਣਾ ਚਾਹੀਦਾ। ਇੱਕ ਸਾਡੇ ਕੋਲ ਹੋਰ ਆ, ਇਹ ਘਰ ਜਾ ਕੇ ਭਾਬੀ ਵਾਲੀ ਗੱਡੀ 'ਚ ਲਾ ਲੈਣਾ। ਹਾਂ ਹਾਂ ਲਾ ਦੇ ਲਾ ਦੇ, ਬਿਲਕੁਲ ਸਿੱਧਾ ਆ ਨਾਲੇ, ਸੋਹਣਾ ਲੱਗਣਾ ਲਾ ਦੇ। ਵੱਡਾ ਤਾਂ ਨਹੀਂ ਲਾਉਣਾ? ਉਹ ਮਾਮਾ ਅੱਜ ਤਿੰਨ ਕਢਾਏ ਸੀਗੇ ਅਸੀਂ ਇੱਕੋ ਜੇ, ਜਿਹੜਾ ਸੂਟ ਦਾ ਸੀਗਾ ਆ ਕੇ ਉਹ ਲਾ ਲਾਂਗੇ। ਹਾਂ ਬਿਲਕੁਲ ਠੀਕ ਆ, ਲਾ ਦੇ ਦੱਬਦੇ ਚੱਕ ਦੇ ਕੰਮ ਨੂੰ। ਹਾਂ ਬਣੀ ਨਾ ਗੱਲ, ਦੋ ਨੁੱਕਰੀਆਂ ਦੇ ਘੋੜੀਆਂ ਖੜੀਆਂ ਇੱਦਾਂ, ਫਿਰ ਤੁਹਾਨੂੰ ਪਤਾ ਵੀ ਨਾ ਨਹੀਂ ਆਪਾਂ ਛੱਡਣਾ। ਇਹ ਤਾਂ ਸੱਚੀ ਨੁੱਕਰੀ ਆ, ਤੁਹਾਨੂੰ ਮੈਂ ਚੀਜ਼ ਦਿੱਕਤ ਦਿਖਾਉਣਾ। ਉੱਥੇ ਗੱਡੀ ਨਾ ਮੇਰੇ ਜਿਹੜੀ ਇੰਡੀਆ ਹੁੰਦੀ ਸੀ ਪਾਈ ਵਾਲੀ ਗੱਡੀ 'ਤੇ, ਕਦੇ ਨਹੀਂ ਕੁਛ ਲੱਗਦਾ। ਇਹਦਾ ਹਾਲ ਤਾਂ ਦੇਖਿਓ ਮੂਹਰੇ, ਮੱਛਰ ਦੇਖੋ ਕਿੱਦਾਂ ਲੱਗਾ ਆ। ਹੋਰ ਛੱਡੋ, ਮੱਛਰ ਨਾਲੇ ਲਈ ਫਿਰਦੀ ਆ, ਪਰੂਫ ਲਈ ਲੈ ਆਹ ਚੀਜ਼ ਆ, ਇੱਦਾਂ ਆ। ਕੈਨੇਡਾ 'ਚ ਮੱਛਰ ਇਹ ਹਿਸਾਬ ਨਾਲ ਆ, ਤੁਸੀਂ ਆਪ ਹਿਸਾਬ ਲਾ ਲਓ। ਉੱਤੇ ਵੀ ਮੇਰੀ ਗੱਡੀ ਦਾ ਇਹੀ ਹਾਲ ਹੁੰਦਾ, ਸੇਮ ਇਹੀ ਹਾਲ ਹੁੰਦਾ ਸੀਗਾ। ਹਾਂਜੀ ਇੱਥੇ ਵੀ ਸੋਹਣਾ ਲੱਗਣਾ ਮਾਮਾ ਇਹ, ਨਹੀਂ ਨਹੀਂ ਉੱਪਰ ਸੋਹਣਾ ਲੱਗਦਾ, ਨਹੀਂ ਨਹੀਂ ਉਹ ਐਸ ਸੀ ਨਾ ਥੋੜ੍ਹਾ ਲਿਖੂੰਗਾ, ਨੁੱਕਰੀ ਐਸ ਸੀ ਥੋੜ੍ਹਾ ਲਿਖੂੰਗਾ, ਉੱਪਰ ਇਕੱਲਾ ਰਹਿਣ ਦੇ ਨੂੰ ਸੋਹਣਾ ਲੱਗਦਾ। ਆਪਾਂ ਕਮੈਂਟ ਕਰਾ ਦਿੰਦੇ, ਦੱਸਿਓ ਯਾਰ ਸੋਹਣਾ ਲੱਗਦਾ, ਸੋਹਣਾ ਲੱਗਣਾ ਸੀ ਨਾ, ਨਾ ਸੋਹਣਾ ਲੱਗਦਾ ਇੱਥੇ, ਉਹਦੇ ਵੀ ਉੱਥੇ ਹੀ ਆ ਨਾ, ਸੇਮ ਹੋ ਗਿਆ ਦੋਵੇਂ ਪਾਸੇ। ਚਲੋ ਬਣ ਗਈ ਗੱਲ, ਹੁਣ ਚੱਲੀਏ ਬਾਈ ਹੁਣਾਂ ਨੂੰ ਕਰਾਈਏ ਪੇਮੈਂਟ, ਅਤੇ ਬਾਕੀ ਦਾ ਕਰਾਈਏ ਜੱਜਮੈਂਟ, ਵੀ ਸ਼ਨੀਵਾਰ ਸਾਰਾ ਕੁਝ ਲੱਗ ਜਾਣਾ ਗੱਡੀ 'ਚ। ਹੁਣ ਚੱਲੀਏ, ਚਲੋ ਆਹ ਪਤੰਦਰ ਨੇ ਕੱਲ੍ਹ ਮੈਨੂੰ ਗੁਰਦੁਆਰੇ ਨਹੀਂ ਜਾਣ ਦਿੱਤਾ, ਮੈਨੂੰ ਟੋਪੀ ਜੀ ਪਵਾ ਕੇ ਮੈਨੂੰ ਘਰੇ ਰੱਖ ਲਿਆ, ਮੁੜ ਕੇ ਆਪ ਵੀ ਨਹੀਂ ਗਿਆ, ਮੈਨੂੰ ਵੀ ਨਹੀਂ ਜਾਣ ਦਿੱਤਾ। ਅਤੇ ਹੁਣ ਅਸੀਂ ਚੱਲੇ ਹਾਂ ਘਰੇ ਸਿੱਧਾ, ਅਤੇ ਆਹ ਕੰਮ ਹੋ ਗਿਆ, ਅਤੇ ਕੁਝ ਖਾਈਏ ਪੀਏ ਜਾ, ਕਿਉਂਕਿ ਟਾਈਮ ਬਹੁਤ ਹੋ ਗਿਆ, ਖਾਧਾ ਪੀਤਾ ਨਹੀਂ ਅਜੇ। ਚਲੋ ਬਾਕੀ ਕਰਦੇ ਹਾਂ ਕੰਟੀਨਿਊ, ਅਤੇ ਆਹ ਹੋ ਗਈ ਆਪਣੀ ਨੁੱਕਰੀ। ਨੁੱਕਰੀ ਆਪਾਂ ਤੈਨੂੰ ਪਤਾ ਨਹੀਂ ਰੱਖੀ ਦੀ ਪਿਆਰ ਨੇ, ਕੋਈ ਵੀ ਹੋਵੇ ਗੱਡੀ, ਸੋ ਆਪਾਂ ਨੂੰ ਸ਼ੌਂਕ ਹੀ ਇੱਦਾਂ ਦਾ ਆ। ਅਤੇ ਹੁਣ ਇਹੀ ਆਪਣੀ ਨੁੱਕਰੀ ਆ, ਇਹੀ ਇੱਥੇ ਕੈਨੇਡਾ 'ਚ ਵੱਧ ਧੱਕ ਪਾਊਗੀ ਕਿ ਨਹੀਂ, ਬਾਕੀ ਹੋਰ ਵੀ ਲਵਾਂਗੇ ਬਾਬਾ ਕਿਰਪਾ ਕਰੂਗਾ। ਚਲੋ ਬਾਕੀ ਜਾ ਕੇ ਖਿਲਾਫ ਕੋਲ ਚੱਕਣਾ ਬੱਚੇ ਦੇ, ਹੁਣ ਪਾਣੀ ਪੂਣੀ ਪਾ ਕੇ ਹਟੇ ਹਾਂ ਸਾਰਾ, ਜਿਹੜਾ ਕੂਲੈਂਟ ਕਲੈਂਟ ਹੁੰਦਾ ਜੋ ਕੁਛ ਵੀ ਸਾਰਾ ਕੋਲ ਰੈਡੀ ਆ। ਚਲੋ ਐਮਰੀ ਲੈ ਕੇ ਹੁਣ ਆਪਾਂ ਗੁਰਦੁਆਰਾ ਸਾਹਿਬ ਆ ਗਏ ਹਾਂ, ਅਤੇ ਕਿਉਂਕਿ ਕੱਲ੍ਹ ਆ ਨਹੀਂ ਹੋਇਆ ਕੁਛ, ਅੱਜ ਆਇਆ ਜੀ, ਮੱਥਾ ਟੇਕ ਆਈਏ। ਚਲੋ ਕੀ ਹਾਲ ਚਾਲ ਆ ਪ੍ਰਧਾਨ ਸਾਰਿਆਂ, ਲਓ ਜੀ ਗੁੱਡ ਮਾਰਨਿੰਗ ਅਤੇ ਸਤਿ ਸ਼੍ਰੀ ਅਕਾਲ ਜੀ।
ਅੱਜ ਸਵੇਰੇ ਹੀ ਆ ਭਾਈ, ਅਜੇ 11 ਵਜੇ ਆ ਅਤੇ ਆਹ ਯਾਰ ਹੁਣੇ ਨਿਕਲੇ ਆ, ਬੜੀ ਧੁੱਪ ਆ ਯਾਰ ਇੱਥੇ। ਇੰਨੀ ਤਾਂ ਗਰਮੀ ਆਪਾਂ ਕਦੇ ਇੰਡੀਆ 'ਚ ਨਹੀਂ ਦੇਖੀ ਸੀ ਜਿੰਨੀ ਧੁੱਪ ਇੱਥੇ ਆ। ਤੁਹਾਨੂੰ ਸੱਚੀ ਗੱਲ ਦੱਸਾਂ ਤਾਂ ਇੰਡੀਆ ਜਿਹੜੀ ਗਰਮੀ ਸੀ ਨਾ, ਧੁੱਪ ਸੀ ਆਪਣੀ, ਉਹ ਇੰਨੀ ਫਿਰ ਵੀ ਚੁੱਭਦੀ ਨਹੀਂ ਸੀਗੀ। ਆਹ ਦੇਖੋ ਮੈਂ ਕਿੰਨਾ ਕੁਛ ਕੀਤਾ ਆ, ਬਟ ਫਿਰ ਵੀ ਬਹੁਤ ਗਰਮੀ ਆ। ਇੰਡੀਆ ਜਿਹੜੀ ਧੁੱਪ ਸੀ ਨਾ, ਉਹ ਚੁੱਭਦੀ ਨਹੀਂ ਸੀ, ਜਿਹੜੀ ਇੱਥੇ ਵਾਲੀ ਧੁੱਪ ਆ ਇਹ ਤਾਂ ਬਸ ਜਾਨ ਕੱਢਦੀ ਆ। ਗੱਲੇ ਛੱਡ ਦਿਓ, ਇੰਨਾ ਬੁਰਾ ਹਾਲ ਆ। ਅੱਜ ਦਾ ਪਲੈਨ ਸੀਗਾ ਸਾਡਾ ਘੁੰਮਣ ਜਾਣ ਦਾ ਬੈਂਫ ਸਾਈਡ। ਬੈਂਫ ਇੱਥੇ ਮਤਲਬ ਬਹੁਤ ਸੋਹਣੀ ਜਗ੍ਹਾ ਆ ਘੁੰਮਣ ਨੂੰ, ਕਾਫੀ ਬ੍ਰੈਂਪਟਨ ਵੱਲੋਂ ਸਾਰੇ ਪਾਸਿਓਂ ਲੋਕ ਉੱਥੇ ਘੁੰਮਣ ਆਉਂਦੇ ਆ, ਬਹੁਤ ਸੋਹਣਾ ਆ। ਅਤੇ ਸਾਡੇ ਤਾਂ ਇੱਥੇ ਕੋਲ ਹੀ ਆ, ਸਾਡੇ ਇੱਥੇ ਕੋਲ ਲੱਗਦਾ ਹੈਗਾ ਟਾਈਮ ਜਾਣ ਨੂੰ ਢਾਈ ਦੋ ਕੁ ਘੰਟੇ, ਆਈ ਥਿੰਕ 2 ਘੰਟੇ ਦੇ ਵਿੱਚ ਬੰਦਾ ਪਹੁੰਚ ਜਾਂਦਾ ਆ। ਅਤੇ ਅੱਜ ਸਾਡਾ ਉੱਧਰਲਾ ਪਲੈਨ ਸੀ ਜਾਣ ਦਾ, ਬਟ ਬੁਰੀ ਭੱਜ ਕੇ ਮਿਸਤਰੀ ਲੱਗੇ ਆ, ਉਹਦੇ ਕਰਕੇ ਸਾਰਾ ਕੈਂਸਲ ਹੋ ਗਿਆ। ਅਤੇ ਹੁਣ ਮੈਂ ਚੱਲਾਂ ਹੈਗਾ ਜਿਮ, ਅਤੇ ਅੱਜ ਦਿਨ ਹੈਗਾ ਸੰਡੇ, ਇੱਥੇ ਫਾਤੂ ਇੱਕ ਦਿਨ ਪਿੱਛੇ ਆ ਇੰਡੀਆ ਵਾਲਿਆਂ ਨਾਲ, ਠੀਕ ਆ। ਅਤੇ ਬਸ ਬਾਕੀ ਨੂੰ ਹੁਣ ਧਵਾ ਕੇ ਵੀ ਲਿਆਉਣਾ ਪੈਣਾ ਇੱਕ ਵਾਰੀ ਦੁਬਾਰਾ, ਕਿਉਂਕਿ ਆਹ ਦੇਖੋ ਇੱਥੇ ਮੱਛਰ ਬਾਹਲਾ ਲੱਗਾ, ਮੂਹਰੇ ਸ਼ੀਸ਼ਾ ਇਹਦਾ ਬਾਹਲਾ ਗੰਦਾ ਹੋ ਗਿਆ ਆ, ਇਹ ਵਾਲਾ ਕੰਮ ਕਰਾਉਣਾ ਆ। ਪਹਿਲਾਂ ਮੈਂ ਸਾਰੇ ਤੋਂ ਚੱਲਾ ਜਿਮ, ਅਤੇ ਫਿਰ ਦੇਖਦੇ ਹਾਂ ਜੀ ਕੀ ਪਲੈਨ ਆ ਸਾਰੀ ਦਿਹਾੜੀ। ਸੰਡੇ ਤੁਹਾਨੂੰ ਪਤਾ ਕੋਈ ਕੰਮ ਵੀ ਨਹੀਂ ਹੁੰਦਾ, ਬਸ ਰੈਸਟ ਡੇ ਹੀ ਹੁੰਦਾ, ਸੋ ਮੈਨੂੰ ਇਹ ਸੀ ਨਾਲੇ ਮਾੜਾ ਜਿਹਾ ਘੁੰਮ ਫਿਰ ਆਉਣਾ, ਨਾਲੇ ਜਿਮ ਕਰ ਆਉਣਾ, ਅਤੇ ਉਨੇ ਜਿਹੜਾ ਟਾਈਮ ਪਾਸ ਜਿਹਾ ਹੋ ਜਾਂਦਾ। ਚਲੋ ਬਾਕੀ ਹੁਣ ਘੁੰਮਣ ਵਾਲੇ ਵਲੋਗ ਆ ਰਿਹਾ, ਜਲਦੀ ਘੁੰਮਣ ਜਾਇਆ ਕਰਾਂਗੇ ਆਪਾਂ। ਇੱਥੇ ਬਹੁਤ ਲੋਕੇਸ਼ਨਾਂ ਹੈਗੀਆਂ ਘੈਂਟ ਘੈਂਟ, ਉੱਥੇ ਉੱਥੇ ਜਾਇਆ ਕਰਾਂਗੇ ਆਪਾਂ। ਅੱਜ ਨਵੀਂ ਜਗ੍ਹਾ ਵਾਲ ਕਟਾਉਣ ਆਇਆ ਸੀਗਾ ਮੈਂ, ਸੋ ਹੇਅਰ ਕੱਟ ਕਰਾ ਲਿਆ। ਕੱਲ੍ਹ ਦਾ ਵਲੋਗ ਨਹੀਂ ਸਟਾਰਟ ਕੀਤਾ ਸੀਗਾ, ਠੀਕ ਹੈ, ਉਹੀ ਵਲੋਗ ਕੰਟੀਨਿਊ ਕੀਤਾ ਮਤਲਬ ਅੱਗੇ ਮੈਂ, ਠੀਕ ਹੈ। ਹੁਣ ਹਵਾ ਬਾਹਲੀ ਚੱਲਦੀ, ਸ਼ਾਇਦ ਹਵਾ ਨਾ ਡਿਸਟਰਬ ਹੋ, ਸੈਂਟਰ ਕੋਈ ਜਗਾੜ ਆਪਾਂ ਸਾਰੇ ਲਾ ਲਈਦੇ ਆ, ਇਹ ਗੱਡੀ ਕੋਲ ਖੜ ਜਾਂਦੇ ਹਾਂ ਹਜੇ ਵੀ। ਅਤੇ ਅੱਜ ਚੱਲੇ ਹੈਗੇ ਆਪਾਂ ਗੱਡੀ 'ਤੇ, ਪਹਿਲਾਂ ਗੱਡੀ ਵਾਸ਼ ਕਰਨੀ ਆ, ਅਤੇ ਫਿਰ ਗੱਡੀ ਦਾ ਪਿੱਛੇ ਸਟੀਕਰ ਲੱਗ ਜਾਣੇ ਆ, ਸਨਰੂਫ ਦੇ ਸਟੀਕਰ ਲੱਗ ਜਾਣੇ ਆ, ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਲੱਗਦੀ ਆ। ਅਤੇ ਅੱਤ ਕਰਾ ਦੇਵਾਂਗੇ ਪੂਰੀ ਬਾਬੇ ਦੀ ਕਿਰਪਾ ਨਾਲ, ਪਹਿਲੀ ਬਾਹਲੀ ਸੋਹਣੀ ਆ ਇਹਨੂੰ ਹੋਰ ਥੋੜ੍ਹੀ ਸੋਹਣੀ ਬਣਾਉਂਦੇ ਹਾਂ, ਅਤੇ ਫਿਰ ਦੇਖਦੇ ਹਾਂ ਕੀ ਬਣਦੇ ਆ। ਇਹਦੇ ਅਲਾਈ ਲੂਈ ਵੀ ਆਪਾਂ ਚੇਂਜ ਕਰਾਉਣੇ ਆ, ਪਹਿਲਾਂ ਸੋਹਣੇ ਆ ਲਾਈ ਬਹੁਤ ਇਹਦੇ ਲੱਗਦੇ, ਬਟ ਮੈਂ ਕੋਈ ਟ੍ਰੈਂਡਿੰਗ ਵਾਲੇ ਦੇਖੂੰਗਾ ਕਿੱਦਾਂ ਦੇ ਆ, ਫਿਰ ਉਹ ਕਰਦੇ ਹਾਂ। ਉਹ ਦੇਖੋ ਅਮਨ ਵੀ ਆ ਗਿਆ, ਅਮਨ ਦੀ ਗੱਡੀ ਆ ਗਈ ਆ, ਅਤੇ ਹੁਣ ਉਹ ਗੱਡੀ 'ਤੇ ਵੀ ਲੱਗਣਾ, ਇਹ 'ਤੇ ਵੀ ਲੱਗਣਾ, ਦੋਨਾਂ 'ਤੇ ਅਸੀਂ ਲਵਾਵਾਂਗੇ, ਅਤੇ ਫਿਰ ਅੱਤ ਕਰਾਵਾਂਗੇ। ਹੈਲੋ ਹੈਲੋ ਬ੍ਰੋ, ਕੈਨੇਡਾ ਆ ਕੇ ਪਿੰਡ ਵਾਲੀ ਫੀਲਿੰਗ ਲਈ ਦੀ, ਆਹ ਹਿਸਾਬ ਆ ਆਪਣਾ। ਹੈਲੋ ਓਏ, ਚਲੋ ਚਲੀਏ ਅਤੇ ਕਰਦੇ ਹਾਂ ਵਲੋਗ ਕੰਟੀਨਿਊ। ਨਿਕਲੀਏ ਹੁਣ, ਦੋਨੇ ਗੱਡੀਆਂ ਲੈ ਕੇ ਜਾਣੀਆਂ, ਟਾਈਮ 5 ਵੱਜ ਗਏ ਸ਼ਾਮ ਦੇ, ਅਤੇ ਨਿਕਲੀਏ। ਗੱਡੀਆਂ ਆ ਗਈਆਂ, ਕੈਮਰੀ ਵੀ, ਅਤੇ ਇੱਧਰ ਨੁੱਕਰੀ ਵੀ ਖੜ੍ਹੀ ਆ, ਅਤੇ ਬਸ ਹੁਣ ਲੱਗੇ ਇੱਥੋਂ ਪ੍ਰਿੰਟ ਕਢਾਉਣ, ਅਤੇ ਫੇਰ ਲਵਾਉਣੇ ਪ੍ਰਿੰਟ ਤਾਂ ਮਤਲਬ ਦਿੱਤੀ ਉਹ ਬਣਨੇ, ਬਸ ਨਹੀਂ ਕੱਢੇ ਹੋਣੇ ਭਾਅ ਜੀ ਹੁਣੀ, ਅਤੇ ਲਵਾਈਏ ਵਾਲੀ ਗੱਡੀ। ਉਹ ਤਾਂ ਛੱਡ ਆਉਂਦੀ ਆਪਾਂ, ਅਤੇ ਹੁਣ ਮੇਰੇ ਵਾਲੀ ਗੱਡੀ ਧੋਣ ਆਏ ਹਾਂ, ਇਹ ਧੋ ਕੇ ਵਾਰ ਮੁੜ ਕੇ ਧੋਣੀ ਨਹੀਂ, ਇੱਕ ਦਿਨ ਕਹਿੰਦੇ ਸੀਗੇ, ਸੋ ਅਸੀਂ ਅੱਜੇ ਧੋ ਦਿੰਦੇ ਹਾਂ। ਕਾ ਅਲਾਏ ਅਸੀਂ ਲੱਭ ਕੇ ਲੈ ਕੇ ਆਏ ਗੱਡੀ ਦਾ, ਇਹਦੇ ਨਾਲ ਦੇ ਆਪਣੇ ਕੋਲ ਹੈਗੇ ਆ ਅਲਾਏ, ਮਤਲਬ 4 ਅਲਾਏ ਹੈਗੇ ਆ, ਉਹਦੇ 'ਚ 1 ਅਲਾਏ ਨਾ ਟੁੱਟਿਆ ਹੋਇਆ ਥੋੜ੍ਹਾ ਜਿਹਾ, ਉਹ ਆਪਾਂ ਇਹ ਕੀਤਾ, ਇਹ ਵਾਲਾ ਅਲਾਏ ਨਵਾਂ ਲਿਆਏ ਹਾਂ, ਇਹਨੂੰ ਹੁਣ ਜਾ ਕੇ ਰੰਗ ਕਰਾਂਗੇ, ਉਹ 3 ਰਾਏ ਜਿਹੜੇ ਹੋਰ ਉਹਨੂੰ ਵੀ ਰੰਗ ਕਰਨਾ, ਅਤੇ ਗੱਡੀ ਜਿਹੜੇ ਅਲਾਏ ਆਪਾਂ ਚੇਂਜ ਕਰਦੇ ਹਾਂ, ਚੇਂਜ ਕਰਕੇ ਦੇਖਦੇ ਕਿੱਦਾਂ ਹੀ ਲੱਗਦੀ ਆ, ਇਹਨੂੰ ਬਲੈਕ ਅਲਾਏ ਪਾਉਣੇ ਆ ਇੱਦਾਂ। ਸਾਨੂੰ ਪਤਾ ਫਿਰ ਕੋਈ ਨਾ ਕੋਈ ਕਰਦੇ ਹੀ ਰਹਿਣਾ ਆਪਾਂ ਵਿਹਲੇ ਕਰਕੇ। ਚੱਲ ਕੋਈ ਚੱਕਰ ਨਹੀਂ, ਇੱਧਰ ਲੱਗ ਗਈ ਆ ਅਮਨ ਵਾਲੀ ਗੱਡੀ ਤੇ, ਤਾਂ ਮੈਂ ਕਿਹਾ ਸਿਰਾ ਹੀ ਲੱਗਦੀ ਆ ਕਿ ਨਹੀਂ, ਆਹ ਬਣੀ ਨਾ ਗੱਲ ਫਿਰ। ਚਲੋ ਜੀ ਹੁਣ ਭਾਜੀ, ਮੈਂ ਪਹਿਲਾਂ ਇੱਥੇ ਲਾਈ ਸੀ, ਭਾਜੀ ਕਹਿੰਦੇ ਨਹੀਂ ਇੱਧਰ ਨਹੀਂ ਲਾਉਣੀ, ਉੱਥੇ ਲਾਉਣੀ ਆ, ਅਤੇ ਹੁਣ ਬਸ
ਲੱਗੇ ਹਾਂ ਫਿਰ ਕੋਈ ਚੱਕਰ ਨਹੀਂ ਆ ਲੈ ਹੁਣ ਬਣੂਗਾ ਲੈ ਚੱਕੀ ਉੱਪਰ ਸਹੀ ਲੱਗਦੀ ਭਾਜੀ ਡਨ ਬਸ ਸਹੀ ਆ ਬਣ ਗਈ ਗੱਲ ਮੈਂ ਉਹੀ ਕਹਿੰਦਾ ਹਾਂਜੀ ਹੈ ਨਾ ਉਹ ਚੀਜ਼ ਲੱਗੂਗੀ ਬਾਅਦ ਤਾਂ ਵੀ ਸੋਹਣੀ ਲੱਗਦੀ ਦੇਖ ਲਾਂਗੇ ਥੋੜ੍ਹਾ ਦਿਨ ਨਹੀਂ ਤਾਂ ਫਿਰ ਚੇਂਜ ਕਰ ਜਾਵਾਂਗੇ ਬਾਕੀ ਕੰਮ ਭੱਜ ਹੋਣਾ ਤਾਂ ਓਕੇ ਆ ਕਿੱਦਾਂ ਕੋ ਸਾਹਿਬ ਬਣੀ ਗੱਲ ਲੱਗੀ ਸਮਝ ਕਹਿੰਦੇ ਓਕੇ ਹੈ ਨਾ ਸਹੀ ਲੱਗੀ ਬਣ ਗਈ ਗੱਲ ਜਮਾਂ ਇਹ ਗੱਡੀ ਇੱਕ ਆਹ ਹੋ ਗਈ ਆਪਣੇ ਕੋਲ ਤੇ ਇੱਕ ਆ ਹੁਣ ਉੱਪਰ ਆਹ ਲਵਾ ਲਿਆ ਤੇ ਇੱਧਰੋਂ ਦੇਖੋ ਸਾਦ ਵਾਲੀ ਗੱਡੀ ਤੇ ਉਹ ਤੇ ਜ਼ਿਆਦਾ ਸੋਹਣਾ ਲੱਗਦਾ ਕੈਮਰੀ ਦੇ ਥੋੜ੍ਹਾ ਸ਼ੀਸ਼ਾ ਥੋੜ੍ਹਾ ਚੌੜਾ ਆ ਨਾ ਕਰਕੇ ਆਪਣੇ ਥੋੜ੍ਹਾ ਉੱਚਾ ਆਇਆ ਸ਼ੀਸ਼ਾ ਦਾ ਸਾਨੂੰ ਬੰਦ ਕਰ ਦਿਓ ਪਰ ਮੱਛਰ ਬਹੁਤ ਆਉਂਦਾ ਜਾਂਦੇ ਫਿਰ ਮੁੜ ਕੇ ਖੋਲ ਲੂੰਗਾ ਮੋਰੇ ਵਾਲਾ ਲਾਦੇ ਪਿੱਛੇ ਵਾਲਾ ਖੁੱਲ੍ਹਾ ਰਹਿਣ ਦੇ ਕੋਈ ਨਹੀਂ ਆਲ ਡਨ ਹੋ ਗਿਆ ਕੰਮ ਤੇ ਹੁਣ ਅਸੀਂ ਨਿਕਲਣ ਲੱਗੇ ਹਾਂ ਕਿਤੇ ਹਾਈਵੇ 'ਤੇ ਰੋਕ ਕੇ ਦੀਆਂ ਵੀਡੀਓ ਬਣਾਉਂਦੇ ਹਾਂ ਗੱਡੀ ਦੀਆਂ ਇੱਦਾਂ ਇਹ ਚੀਜ਼ਾਂ ਮੇਰਾ ਕੰਮ ਖੜ੍ਹਾ ਹੀ ਸੀ ਜਦ ਚਲੋ ਕਹਿੰਦੇ ਚੋਬਰ ਹਟਦੇ ਥੋੜ੍ਹਾ ਘਰ ਆਉਂਦੀ ਦੇ ਲਾ ਟਾਇਰਾਂ ਦੁਆਲੇ ਹੋ ਗਏ ਉਹ ਟਾਇਰ ਪਏ ਆਪਣੇ ਤੇ ਵਾਧੂ ਹਜੇ ਆਹ ਚੀਜ਼ ਆ ਇਹ ਹੁਣ ਕਾਲੇ ਕਰ ਦੇਣੇ ਲਾਏ ਦੇਖਦੇ ਹਾਂ ਕਾਲੇ ਪਾ ਕੇ ਚੇਂਜ ਕਰਦੇ ਇਹਦਾ ਕੋਈ ਨਾ ਕੁਛ ਅਸੀਂ ਕਹਿੰਦੇ ਸ਼ਾਹ ਜੀ ਨਾਲੇ ਜਿੱਥੇ ਅਮਨ ਹੋਵੇ ਉੱਥੇ ਨਾ ਕੁਛ ਹੋਵੇ ਇੱਦਾਂ ਹੋ ਸਕਦਾ ਇਹ ਤਾਂ ਰੋਜ਼ ਕੋਈ ਨਾ ਕੋਈ ਲੱਭਦਾ ਰਹਿੰਦਾ ਇੱਦਾਂ ਦਾ ਕੰਮ ਪੇ ਹੋਵੇ ਅਤੇ ਉਹ ਪੰਗਾ ਪੁੰਗਾ ਲਈਏ ਵਿਹਲੇ ਬੈਠੇ ਐਵੇਂ ਇੱਦਾਂ ਆ ਚਾਰ ਨਾ ਅਸੀਂ ਕੋਈ ਟੇਪ ਲਾਈ ਨਾ ਕੁਛ ਲਾਇਆ ਇੱਦਾਂ ਹੀ ਚੱਕ ਲਈ ਆ ਕੰਮ ਅਸੀਂ ਸਾਰੇ ਸਹੀ ਗੱਲ ਆ ਤੇ ਹੁਣ ਜੱਟ ਆ ਗਏ ਆ ਕਹਿੰਦੇ ਕੈਨੇਡੀਅਨ ਟੈਪ ਕੈਨੇਡੀਅਨ ਟੈਪ ਅਸੀਂ ਤਾਂ ਆਏ ਹਾਂ ਵੀ ਇੱਥੋਂ ਲੈਣੀ ਹੈਗੀ ਸਪਰੇ ਸਪਰੇ ਦੋ ਦਿਨ ਲੈ ਜਾਣੀ ਇਕੱਠੀਆਂ ਪੰਜ ਛੇਵਾਂ ਕੋਟ 'ਤੇ ਮਾਰ ਦੇਣਾ ਪੱਕਾ ਹੀ ਕਰ ਦੇਣਾ ਐਵੇਂ ਫਿਕਸ ਕੰਮ ਉਹਦਾ ਇੱਦਾਂ ਫਿਰ ਪਾਉਣੇ ਉਹਦੇ ਕਾਲੇ ਲਾਈ ਕਰਕੇ ਫਿਰ ਜਜੂਗੀ ਆਹ ਚੀਜ਼ ਆ ਕੰਮ ਸਾਰਾ ਕੁੱਟੇ ਸਿੱਧੇ ਪੰਗੇ ਆਪਾਂ ਲੈਣੇ ਇਹਦੇ ਰਹੀ ਤੁਹਾਨੂੰ ਪਤਾ ਹੀ ਆ ਆਹ ਚੀਜ਼ ਆ ਚਲੋ ਲਓ ਵੀ ਸਪਰੇ ਲਿਆਉਂਦੀਆਂ ਆ ਲੱਗੀਆਂ ਉਲਾਇਆਂ 'ਤੇ ਮਾਰਨ ਆਹ ਦੇਖੋ ਇੱਕ ਤਾਂ ਇੱਥੇ ਰੈਡੀ ਕਰਕੇ ਰੱਖ ਲਿਆ ਗੱਡੀ ਉਹ ਪਰੇ ਲੱਗੀ ਵਾ ਅਤੇ ਇੱਧਰ ਅਮਨ ਸਾਡਾ ਮੇਰਾ ਭਰਾ ਮੁੱਲਾਪੁਰ ਤੋਂ ਸੱਦਿਆ ਸਪੈਸ਼ਲ ਹਾਂਜੀ ਕੀ ਹਾਲ ਚਾਲ ਆ ਪ੍ਰਧਾਨ ਸਾਰਿਆਂ ਦਾ ਲਓ ਜੀ ਆਹ ਵਾਲਾ ਵਲੋਗ ਆਪਾਂ ਇੱਥੇ ਐਂਡ ਕਰਦੇ ਹਾਂ ਜਿਵੇਂ ਬਾਹਲਾ ਹੀ ਖੁਸ਼ ਹਾਂ ਇੱਕ ਤਾਂ ਸਿੱਧੂ ਦਾ ਸਟੀਕਰ ਲੱਗ ਗਿਆ ਵੈਸੇ ਵੀ ਮਤਲਬ ਬਹੁਤ ਤਸੱਲੀ ਜੀ ਹੋਈ ਮੈਂ ਨਾ ਜਦੋਂ ਦਾ ਆਇਆ ਸੀ ਇੱਥੇ ਉੱਦਾਂ ਦਾ ਕਹਿੰਦਾ ਸੀ ਗੱਡੀ ਲੈ ਲਵਾਂ ਇੱਦਾਂ ਕਰਨੀ ਉੱਦਾਂ ਕਰਨੀ ਆ ਹਜੇ ਹੋਰ ਵੀ ਬਹੁਤ ਕੁਛ ਕਰਨਾ ਆਪਾਂ ਅਤੇ ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਦੀ ਲੱਗਦੀ ਗੱਡੀ ਹੁਣ ਸਿੱਧੂ ਦਾ ਸਟੀਕਰ ਵੀ ਲਾ ਲਿਆ ਆਪਾਂ ਨਾ ਅਤੇ ਉੱਪਰ AK-47 ਲਾਈ ਆ ਸੋ ਜੋ ਕੁਛ ਵੀ ਆ ਤੁਸੀਂ ਦੇਖ ਲਿਆ ਸੋ ਇਹ ਵਲੋਗ ਵਧੀਆ ਲੱਗਿਆ ਨਾ ਸਾਰੇ ਜਣੇ ਕਮੈਂਟ ਜ਼ਰੂਰ ਕਰਿਓ ਸੋਹਣਾ ਜਿਹਾ ਜਿੱਦਾਂ ਵੀ ਆ ਕੁਛ ਵੀ ਜਿਹਾ ਦਿਲ ਕਰਦਾ ਆ ਠੀਕ ਆ ਅਤੇ ਬਾਕੀ ਕਾਫੀ ਜਣੇ ਮੈਨੂੰ ਪੁੱਛਦੇ ਕੰਮ ਕੀ ਕਰਦੇ ਆ ਤੁਸੀਂ ਕੰਮ ਮੈਂ ਡੋਡੈਸ਼ ਵੀ ਕਰ ਲੈਂਦਾ ਹਾਂ ਠੀਕ ਆ ਹੋਰ ਤਾਂ ਹਜੇ ਕਰਦਾ ਨਹੀਂ ਕੋਈ ਬਟ ਮੈਂ ਹੋਰ ਵੀ ਨਾਲ ਕਰਨਾ ਹੁਣ ਇੱਕ ਅੱਧਾ ਕੰਮ ਠੀਕ ਆ ਅਤੇ ਉਹਦੇ ਨਾਲ ਫਿਰ ਇੱਦਾਂ ਆ ਫਿਰ ਆਟੋਮੈਟਿਕ ਦਿਲ ਵੀ ਲੱਗ ਜਾਂਦਾ ਡੋਡੈਸ਼ ਵੀ ਮੈਂ ਤਾਂ ਹੀ ਕਰਦਾ ਫਿਰ ਦਿਲ ਲੱਗ ਜਾਂਦਾ ਬੰਦੇ ਦਾ ਨਾ ਕੋਈ ਤਾਂ ਨਾ ਕਿਤੇ ਮਤਲਬ ਗੇੜਾ ਲਾ ਲੈਂਦਾ ਉਹਨਾਂ ਦਿਹਾੜੀ ਜੇ ਦਿਲ ਕਰੇ ਅੱਜ ਅੱਜ ਕੁਛ ਨਹੀਂ ਕੀਤਾ ਕੱਲ੍ਹ ਵੀ ਕੁਛ ਨਹੀਂ ਕੀਤਾ ਫਰੀ ਰਿਹਾ ਜਿੱਦਣ ਕਿਤੇ ਮੇਰਾ ਮਨ ਹੋਵੇ
ਵੀ ਮੈਂ ਕਰਨਾ ਕੰਮ ਸੋ ਮੈਂ ਕਰ ਲੈਂਦਾ, ਨਹੀਂ ਤਾਂ ਮੈਂ ਫ੍ਰੀ ਹੁੰਦਾ ਹਾਂ, ਠੀਕ ਆ। ਅਤੇ ਬਾਕੀ ਕੋਈ ਨਹੀਂ, ਜੋ ਕੁਛ ਵੀ ਹੋਵੇ ਨਾਲ ਪ੍ਰੋਸੈਸ ਤੁਹਾਨੂੰ ਦੱਸਾਂਗੇ। ਕਾਫੀ ਜਣੇ ਪੁੱਛਦੇ ਕਿਰਨ ਨੇ ਕਦੋਂ ਆਉਣਾ, ਕਿਰਨ ਨੇ ਵੀ ਬਹੁਤ ਜਲਦੀ ਆ ਜਾਣਾ ਆ। ਸੋ ਫਿਰ ਘੈਂਟ ਘੈਂਟ ਵਲੋਗ ਆਊਗੇ ਆਪਣੇ ਘੁੰਮਣ ਫਿਰਨ ਦੇ, ਘੁੰਮਣ ਫਿਰਨ ਦੇ ਵਲੋਗ ਪਹਿਲਾਂ ਵੀ ਆਊਗੇ, ਬਟ ਮੈਂ 2-4 ਦਿਨ ਬਿਜ਼ੀ ਹਾਂ, ਮੇਰੇ 2 ਇੱਥੇ ਟੈਸਟ ਆ। ਸੋ ਉਸ ਤੋਂ ਬਾਅਦ ਵਿੱਚ ਫਿਰ ਫ੍ਰੀ ਹਾਂ, ਫਿਰ ਆਪਾਂ ਘੁੰਮਣ ਫਿਰਨ ਵਾਲੀ ਵੀ ਅੱਤ ਕਰਾ ਦਿਆਂਗੇ, ਠੀਕ ਆ ਜੀ। ਚਲੋ ਆਹ ਵਾਲਾ ਵਲੋਗ ਇੱਥੇ ਐਂਡ ਕਰਦੇ ਹਾਂ, ਮਿਲਦੇ ਤੁਹਾਨੂੰ ਅਗਲੇ ਵਲੋਗ 'ਚ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਲਾਈਕ ਕਰੋ, ਸੋਹਣੇ ਕਮੈਂਟ ਜੂ ਕਰੋ। ਚੰਗਾ ਜੀ, ਬਾਏ ਬਾਏ।